ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਜੀ ਕੋਲੋਂ ਦੋ ਦੋ ਗਾਣੇ ਸੁਣੇ ਨੇ। ਇਹਨਾਂ ਦੋ ਗਾਣਿਆਂ ਤੋਂ ਖੁਸ਼ ਹੋ ਕੇ ਕੋਈ ਸੱਜਾ ਇਨਾਮ ਭੇਜਦੇ ਨੇ, ਉਹਨਾਂ ਸੱਜਾ ਦੇ ਜ਼ਰਾ ਨਾਂ ਸੁਣ ਲਓ। ਸਰੀਨ ਬ੍ਰਦਰ ਬਠਿੰਡਾ ਵਾਲੇ 101 ਰੁਪਈਆ ਇਨਾਮ ਭੇਜਦੇ ਨੇ ਅਤੇ 101 ਰੁਪਈਆ ਇਨਾਮ ਭੇਜਦੇ ਨੇ ਸਾਨੀ ਰੇਡੀਓ ਜਲੰਧਰ ਵਾਲੇ। ਖਾਲਸਾ ਪਲੇਟ ਲੁਧਿਆਣੇ ਵਾਲੇ ਭੇਜਦੇ ਨੇ 101 ਰੁਪਈਆ। ਬਾਂਗਾ ਜੀ ਪਟਿਆਲੇ ਵਾਲੇ ਅਤੇ ਚੰਡੀਗੜ੍ਹ ਵਾਲੇ 101 ਰੁਪਈਆ। ਭੋਲੀ ਰੇਡੀਓ ਅੰਮ੍ਰਿਤਸਰ ਵਾਲੇ ਅਤੇ ਲੁਧਿਆਣੇ ਵਾਲੇ ਵੀ ਭੇਜਦੇ ਨੇ 101 ਰੁਪਈਆ। ਵੈਸੇ ਇਹਨਾਂ ਦੋਵਾਂ ਸੱਜਾਂ ਨੂੰ 202 ਰੁਪਈਏ ਚਾਹੀਦੇ ਸੀ, ਕਿਉਂਕਿ ਦੋ ਦੋ ਸ਼ਹਿਰਾਂ ਦੇ ਕਬਜ਼ਾ ਕਰੀ ਬੈਠੇ ਨੇ। ਚਲੋ ਕੋਈ ਗੱਲ ਨਹੀਂ। ਹਾਂਜੀ, ਅਤੇ ਨਿਊ ਗ੍ਰਾਮੋਫੋਨ ਹਾਊਸ ਦਿੱਲੀ ਵਾਲੇ ਭੇਜਦੇ ਨੇ 101 ਰੁਪਈਆ ਅਤੇ 101 ਰੁਪਈਆ ਹੀ ਭੇਜਦੇ ਨੇ ਤੁਲੀ ਬ੍ਰਦਰ ਫਿਰੋਜ਼ਪੁਰ ਵਾਲੇ ਅਤੇ 100 ਰੁਪਈਆ ਇਨਾਮ ਮੁਹੰਮਦ ਸਦੀਕ ਜੀ ਦੇ ਦੋਸਤ ਹਰਨੇਕ ਮਾਨ ਅਤੇ ਜਗਿੰਦਰ ਔਲਖ ਕੈਨੇਡਾ ਵਾਲੇ ਭੇਜਦੇ ਨੇ। ਅਤੇ ਦੋਸਤੋ, ਮੈਨੂੰ ਗੱਲ ਦਾ ਬੜਾ ਅਫਸੋਸ ਹੈ ਕਿ ਇਹਨਾਂ ਸੱਜਾਂ ਲਈ ਇਹਨਾਂ ਇਨਾਮ 'ਤੇ ਤਾੜੀ ਕਿਸੇ ਨੇ ਨਹੀਂ ਮਾਰੀ। ਮਿਹਰਬਾਨੀ ਕਰਕੇ ਤਾੜੀ ਮਾਰ ਦਿਓ। ਹਾਂਜੀ, ਆਹ ਤਾਂ ਹੋਈ ਨਾ ਗੱਲ। ਮੈਂ ਇਹਨਾਂ ਸਾਰੇ ਸੱਜਣਾਂ ਦਾ ਇਹਨਾਂ ਕਲਾਕਾਰਾਂ ਵੱਲੋਂ ਤੁਹਾਨੂੰ ਬਰਬਾਦ ਕਰਦਾ ਹਾਂ। ਦੋਸਤੋ, ਧੰਨਵਾਦ ਕਰਨ ਵਾਲੇ ਸਨ ਬਾਬੂ ਸਿੰਘ ਜੀ ਮਾਨ ਮਰਾੜਾ ਵਾਲੇ ਅਤੇ ਮੈਂ ਖੁਦ ਇਹਨਾਂ ਦਾ ਧੰਨਵਾਦ ਕਰਦਾ ਅਤੇ ਖੂਬਸੂਰਤੀ ਨਾਲ ਪ੍ਰੋਗਰਾਮ ਨੂੰ ਚਲਾ ਰਹੇ ਨੇ। ਲਓ, ਇਹਨਾਂ ਦੀ ਲਿਖੀ ਲੋਕ ਗਾਥਾ ਸੋਹਣੀ ਵਿੱਚੋਂ ਬੀਬੀ ਰਣਜੀਤ ਜੀ ਇੱਕ ਚੀਜ਼ ਪੇਸ਼ ਕਰਦੇ ਨੇ, ਜਰਾ ਗੌਰ ਨਾਲ ਸੁਣਨਾ। ਇਹ ਉਸ ਵੇਲੇ ਦੀ ਗੱਲ ਹੈ ਜਦ ਸੋਹਣੀ ਆਪਣੀ ਮਲੂਕੜੇ ਯਾਰ ਮਹਿਮਾਨ ਨੂੰ ਮਿਲਣ ਵਾਸਤੇ ਕਾਲੀ ਰਾਤ ਸ਼ਹਿਰ ਦੀ ਸਰਦੀ ਤੜਕਦੀ ਖਿਚੜੀ ਵਗਦੀ ਤੇਜ਼ ਹਨੇਰੀ ਚਨਾਹ ਦੀਆਂ ਤੂਫਾਨੀ ਲਹਿਰਾਂ ਦਾ ਮੁਕਾਬਲਾ ਕਰਦੀ ਹੋਈ ਆਪਣੇ ਸਾਧ ਇਸ਼ਕ ਦੇ ਸਹਾਰੇ ਕੱਚੇ ਕੜੇ ਤੇ ਖਿਲ ਪੈਂਦੀ ਏ ਅਲਾਵਈ ਏ ਮੌਤ ਦੀ ਲਕੀਰ ਦੁਹਾਂ ਹਿੱਤੇ ਤਾਰੇ।